ਸਤਿ ਸ਼੍ਰੀ ਅਕਾਲ ਦੋਸਤੋ, ਰੂਬੀ ਵਿੱਚ ਕੰਟਰੋਲ ਸਟੇਟਮੈਂਟਸ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਹੇਠ ਲਿਖੇ ਦੀ ਵਰਤੋਂ ਕਰਨਾ ਸਿੱਖਾਂਗੇ। ਇਫ ਸਟੇਟਮੈਂਟ, ਐਲਸ ਇਫ ਸਟੇਟਮੈਂਟ, ਐਲਸ ਕੇਸ ਸਟੇਟਮੈਂਟਸ। ਇੱਥੇ ਅਸੀਂ ਵਰਤੋਂ ਕਰ ਰਹੇ ਹਾਂ ਉਬੰਟੂ ਵਰਜ਼ਨ 12.04, ਰੂਬੀ 1.9.3। ਇਸ ਟਿਊਟੋਰੀਅਲ ਨੂੰ ਜਾਣਨ ਦੇ ਲਈ ਤੁਹਾਡੇ ਕੋਲ ਇੰਟਰਨੈਟ ਕਨੈਕਸ਼ਨ ਹੋਣਾ ਜ਼ਰੂਰੀ ਹੈ। ਤੁਹਾਨੂੰ ਲਿਨਕਸ ਕਮਾਂਡਸ, ਟਰਮੀਨਲ ਅਤੇ ਟੈਕਸਟ ਐਡੀਟਰ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਨਹੀਂ ਤਾਂ ਸੰਬੰਧਿਤ ਟਿਊਟੋਰੀਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਜਾਓ। ਸ਼ੁਰੂ ਕਰਨ ਤੋਂ ਪਹਿਲਾਂ ਯਾਦ ਰੱਖੋ ਕਿ ਅਸੀਂ ਪਹਿਲਾਂ TTT ਡਾਇਰੈਕਟਰੀ ਬਣਾਈ ਸੀ। ਉਸ ਡਾਇਰੈਕਟਰੀ ਤੇ ਜਾਂਦੇ ਹਾਂ ਅਤੇ ਫਿਰ ਰੂਬੀ ਹਾਈਫਨ ਟਿਊਟੋਰੀਅਲ ਕੰਟਰੋਲ ਹਾਈਫਨ ਸਟੇਟਮੈਂਟਸ। ਹੁਣ ਅਸੀਂ ਉਸ ਫੋਲਡਰ ਵਿੱਚ ਹਾਂ, ਅੱਗੇ ਵਧਦੇ ਹਾਂ। ਰੂਬੀ ਵਿੱਚ ਇਫ ਸਟੇਟਮੈਂਟ ਦਾ ਰਚਨਾਕ੍ਰਮ ਹੇਠ ਲਿਖੇ ਦੀ ਤਰ੍ਹਾਂ ਦਿੱਤਾ ਹੈ। ਇਫ ਕੰਡੀਸ਼ਨ, ਰੂਬੀ ਕੋਡ, ਐਂਡ। ਇੱਕ ਉਦਾਹਰਣ ਵੇਖਦੇ ਹਾਂ। ਜੀ ਐਡਿਟ ਵਿੱਚ ਇੱਕ ਨਵੀਂ ਫਾਈਲ ਬਣਾਓ ਜਿਵੇਂ ਸ਼ੁਰੂਆਤੀ ਰੂਬੀ ਟਿਊਟੋਰੀਅਲਸ ਵਿੱਚ ਦਿਖਾਇਆ ਗਿਆ ਹੈ। ਇਸ ਨੂੰ ਇਫ ਹਾਈਫਨ ਸਟੇਟਮੈਂਟ .rb ਨਾਮ ਦਿਓ। ਮੇਰੇ ਕੋਲ ਇਫ ਸਟੇਟਮੈਂਟ ਦੀ ਇੱਕ ਕਾਰਜਕਾਰੀ ਉਦਾਹਰਣ ਹੈ। ਇਸ ਨੂੰ ਪੂਰਾ ਕਰਦੇ ਸਮੇਂ ਟਿਊਟੋਰੀਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ। ਮੈਂ ਇਸ ਉਦਾਹਰਣ ਵਿੱਚ ਇੱਕ ਇਫ ਸਟੇਟਮੈਂਟ ਐਲਾਨ ਕੀਤੀ ਹੈ। ਪਹਿਲਾਂ ਮੈਂ ਇੱਕ ਲੋਕਲ ਵੇਰੀਏਬਲ my_num ਐਲਾਨ ਕਰਦਾ ਹਾਂ ਅਤੇ ਇਸ ਨੂੰ 2345 ਵੈਲਿਊ ਦਿੰਦਾ ਹਾਂ। ਫਿਰ ਇੱਕ ਇਫ ਸਟੇਟਮੈਂਟ ਐਲਾਨ ਕਰਦਾ ਹਾਂ। ਇਫ ਸਟੇਟਮੈਂਟ ਵਿੱਚ ਪੁਟਸ ਮੈਥਡ ਐਲਾਨ ਹੋਇਆ ਆਉਟਪੁੱਟ ਦਿਖਾਏਗਾ। ਜੇ my_num ਦੀ ਵੈਲਿਊ 0 ਤੋਂ ਵੱਡੀ ਹੈ ਤਾਂ ਇਫ ਸਟੇਟਮੈਂਟ ਇਸ ਨੂੰ ਚੈੱਕ ਕਰੇਗੀ। ਜੇ ਅਜਿਹਾ ਹੈ ਤਾਂ ਇਹ ਉਹ ਨਿਰਧਾਰਿਤ ਸਟ੍ਰਿੰਗ ਪ੍ਰਿੰਟ ਕਰੇਗਾ। ਹੁਣ ਟਰਮੀਨਲ ਤੇ ਜਾਓ ਅਤੇ ਟਾਈਪ ਕਰੋ ਰੂਬੀ ਸਪੇਸ ਇਫ ਹਾਈਫਨ ਸਟੇਟਮੈਂਟ .rb The value of my_num is greater than 0. ਆਉਟਪੁੱਟ ਦਿਖਾਈ ਦੇਵੇਗੀ। ਇਹ ਆਉਟਪੁੱਟ ਸਿੱਧ ਕਰਦੀ ਹੈ ਕਿ ਇਫ ਕੰਡੀਸ਼ਨ ਫਿਰ ਤੋਂ ਟਰੂ ਹੋਈ ਹੈ। ਹੁਣ ਤੁਹਾਨੂੰ ਰੂਬੀ ਵਿੱਚ ਇਫ ਸਟੇਟਮੈਂਟ ਲਿਖਣ ਦੇ ਲਈ ਯੋਗ ਹੋਣਾ ਚਾਹੀਦਾ ਹੈ। ਹੁਣ ਅੱਗੇ ਇਫ ਐਲਸ ਸਟੇਟਮੈਂਟ ਦੇਖਦੇ ਹਾਂ। ਐਲਸ ਦੀ ਵਰਤੋਂ ਕਰਨ ਦੇ ਲਈ ਸ਼ੈਲੀ ਹੈ ਇਫ ਕੰਡੀਸ਼ਨ ਰੂਬੀ ਕੋਡ, ਐਲਸ ਰੂਬੀ ਕੋਡ, ਐਂਡ। ਇੱਕ ਉਦਾਹਰਣ ਨਾਲ ਵੇਖਦੇ ਹਾਂ। ਜੀ ਐਡਿਟ ਵਿੱਚ ਇੱਕ ਨਵੀਂ ਫਾਈਲ ਬਣਾਓ ਜਿਵੇਂ ਸ਼ੁਰੂਆਤੀ ਰੂਬੀ ਟਿਊਟੋਰੀਅਲਸ ਵਿੱਚ ਦਿਖਾਇਆ ਗਿਆ ਹੈ। ਇਸ ਨੂੰ ਇਫ ਹਾਈਫਨ ਐਲਸ ਹਾਈਫਨ ਸਟੇਟਮੈਂਟ .rb ਨਾਮ ਦਿਓ। ਮੇਰੇ ਕੋਲ ਇਫ ਐਲਸ ਸਟੇਟਮੈਂਟ ਦੀ ਕਾਰਜਕਾਰੀ ਉਦਾਹਰਣ ਹੈ। ਇਸ ਨੂੰ ਪੂਰਾ ਕਰਦੇ ਸਮੇਂ ਟਿਊਟੋਰੀਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ। ਮੈਂ ਇਸ ਉਦਾਹਰਣ ਵਿੱਚ ਇੱਕ ਇਫ ਐਲਸ ਸਟੇਟਮੈਂਟ ਐਲਾਨ ਕੀਤੀ ਹੈ। ਪਹਿਲਾਂ ਮੈਂ ਇੱਕ ਲੋਕਲ ਵੇਰੀਏਬਲ my_num ਐਲਾਨ ਕਰਦਾ ਹਾਂ ਅਤੇ ਇਸ ਨੂੰ -1 ਵੈਲਿਊ ਦਿੰਦਾ ਹਾਂ। ਫਿਰ ਮੈਂ ਇੱਕ ਇਫ ਸਟੇਟਮੈਂਟ ਐਲਾਨ ਕਰਦਾ ਹਾਂ। ਇਫ ਸਟੇਟਮੈਂਟ my_num ਦੀ ਵੈਲਿਊ ਜੇ 0 ਤੋਂ ਵੱਡੀ ਹੈ ਤਾਂ ਚੈੱਕ ਕਰੇਗਾ। ਜੇ ਅਜਿਹਾ ਹੈ ਤਾਂ ਇਹ ਉਹ ਨਿਰਧਾਰਿਤ ਸਟ੍ਰਿੰਗ ਪ੍ਰਿੰਟ ਕਰੇਗਾ। ਜੇ ਨਹੀਂ ਤਾਂ ਐਲਸ ਸਟੇਟਮੈਂਟ ਤੇ ਜਾਓ ਅਤੇ ਇਹ ਉਸ ਸਟ੍ਰਿੰਗ ਨੂੰ ਪ੍ਰਿੰਟ ਕਰੇਗਾ ਜੋ ਉੱਥੇ ਨਿਰਧਾਰਿਤ ਹੈ। ਹੁਣ ਟਰਮੀਨਲ ਤੇ ਜਾਂਦੇ ਹਾਂ ਅਤੇ ਟਾਈਪ ਕਰੋ ਰੂਬੀ ਸਪੇਸ ਇਫ ਹਾਈਫਨ ਐਲਸ ਹਾਈਫਨ ਸਟੇਟਮੈਂਟ .rb ਅਤੇ ਆਉਟਪੁੱਟ ਵੇਖਦੇ ਹਾਂ। ਦ ਵੈਲਿਊ ਆਫ my_num ਇਜ਼ ਲੈਸਰ ਦੈਨ 0, ਆਉਟਪੁੱਟ ਦਿਖਾਈ ਦੇਵੇਗੀ। ਇਹ ਚਲਾਈ ਗਈ ਐਲਸ ਸਟੇਟਮੈਂਟ ਦਿਖਾਉਂਦਾ ਹੈ। ਹੁਣ ਤੁਹਾਨੂੰ ਰੂਬੀ ਵਿੱਚ ਇਫ ਐਲਸ ਸਟੇਟਮੈਂਟ ਲਿਖਣ ਦੇ ਲਈ ਯੋਗ ਹੋਣਾ ਚਾਹੀਦਾ ਹੈ। ਹੁਣ ਅੱਗੇ ਇਫ ਐਲਸ ਇਫ ਸਟੇਟਮੈਂਟ ਵੇਖਦੇ ਹਾਂ। ਐਲਸ ਇਫ ਦੀ ਵਰਤੋਂ ਕਰਨ ਦੇ ਲਈ ਸ਼ੈਲੀ ਹੈ ਇਫ ਕੰਡੀਸ਼ਨ ਰੂਬੀ ਕੋਡ, ਐਲਸ ਇਫ ਕੰਡੀਸ਼ਨ ਰੂਬੀ ਕੋਡ, ਐਲਸ ਰੂਬੀ ਕੋਡ, ਐਂਡ। ਇੱਕ ਉਦਾਹਰਣ ਵੇਖਦੇ ਹਾਂ। ਜੀ ਐਡਿਟ ਵਿੱਚ ਇੱਕ ਨਵੀਂ ਫਾਈਲ ਬਣਾਓ ਜਿਵੇਂ ਸ਼ੁਰੂਆਤੀ ਰੂਬੀ ਟਿਊਟੋਰੀਅਲਸ ਵਿੱਚ ਦਿਖਾਇਆ ਗਿਆ ਹੈ। ਇਸ ਨੂੰ ਇਫ ਹਾਈਫਨ ਐਲਸ ਇਫ ਹਾਈਫਨ ਸਟੇਟਮੈਂਟ .rb ਨਾਮ ਦਿਓ। ਮੇਰੇ ਕੋਲ ਇਫ ਐਲਸ ਇਫ ਸਟੇਟਮੈਂਟ ਦੀ ਕਾਰਜਕਾਰੀ ਉਦਾਹਰਣ ਹੈ। ਇਸ ਨੂੰ ਪੂਰਾ ਕਰਦੇ ਸਮੇਂ ਟਿਊਟੋਰੀਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ। ਮੈਂ ਇਸ ਉਦਾਹਰਣ ਵਿੱਚ ਇੱਕ ਇਫ ਐਲਸ ਇਫ ਸਟੇਟਮੈਂਟ ਐਲਾਨ ਕੀਤੀ ਹੈ। ਇੱਥੇ ਵੀ ਮੈਂ ਇੱਕ ਲੋਕਲ ਵੇਰੀਏਬਲ my_num ਐਲਾਨ ਕਰਦਾ ਹਾਂ ਅਤੇ ਇਸ ਨੂੰ -1 ਵੈਲਿਊ ਦਿੰਦਾ ਹਾਂ। ਫਿਰ ਮੈਂ ਇਫ ਸਟੇਟਮੈਂਟ ਐਲਾਨ ਕਰਦਾ ਹਾਂ। ਇਫ ਸਟੇਟਮੈਂਟ my_num ਦੀ ਵੈਲਿਊ ਜੇ 0 ਤੋਂ ਵੱਡੀ ਹੈ ਤਾਂ ਇਹ ਚੈੱਕ ਕਰੇਗਾ। ਜੇ ਅਜਿਹਾ ਹੈ ਤਾਂ ਇਹ ਉਹ ਨਿਰਧਾਰਿਤ ਸਟ੍ਰਿੰਗ ਪ੍ਰਿੰਟ ਕਰੇਗਾ। ਜੇ ਇਹ ਟਰੂ ਨਹੀਂ ਹੈ ਤਾਂ ਇਸ ਨੂੰ ਐਲਸ ਇਫ ਸੈਕਸ਼ਨ ਵਿੱਚ ਜਾਣਾ ਪਵੇਗਾ।
ਪਵੇਗਾ। ਹੁਣ ਜੇ my underscore num ਦੀ ਵੈਲਿਊ -1 ਹੈ ਤਾਂ ਇਹ ਚੈੱਕ ਕਰੇਗਾ, ਜੇ ਇਹ ਟਰੂ ਹੈ ਤਾਂ ਇਹ ਉਸ ਸਟ੍ਰਿੰਗ ਦੀ ਵੈਲਿਊ ਨੂੰ ਪ੍ਰਿੰਟ ਕਰੇਗਾ ਜੋ ਉੱਥੇ ਨਿਰਧਾਰਿਤ ਹੈ। my underscore num ਦੀ ਵੈਲਿਊ ਨਾ ਤਾਂ 0 ਤੋਂ ਵੱਡੀ ਹੈ ਅਤੇ ਨਾ ਹੀ -1 ਦੇ ਬਰਾਬਰ ਹੈ, ਤਾਂ ਇਸ ਨੂੰ else ਸੈਕਸ਼ਨ ਵਿੱਚ ਜਾਣਾ ਪਵੇਗਾ। ਪਰ ਹਾਲਾਂਕਿ my underscore num ਦੀ ਵੈਲਿਊ -1 ਹੈ ਤਾਂ ਇਹ else ਬਲਾਕ ਵਿੱਚ ਅੱਗੇ ਨਹੀਂ ਵਧੇਗਾ ਅਤੇ ਇਹ ਕੰਡੀਸ਼ਨਲ ਸਟੇਟਮੈਂਟ ਤੋਂ ਬਾਹਰ ਜਾਵੇਗਾ। ਹੁਣ ਟਰਮੀਨਲ ਤੇ ਜਾਓ ਅਤੇ ਟਾਈਪ ਕਰੋ ਰੂਬੀ ਸਪੇਸ ਇਫ ਹਾਈਫਨ ਐਲਸ ਇਫ ਹਾਈਫਨ ਸਟੇਟਮੈਂਟ .rb ਅਤੇ ਆਉਟਪੁੱਟ ਦੇਖੋ। ਦ ਵੈਲਿਊ ਆਫ ਮਾਈ ਅੰਡਰਸਕੋਰ ਨਮ ਇਜ਼ -1 ਐਂਡ ਇਜ਼ ਲੈਸਰ ਦੈਨ 0, ਆਉਟਪੁੱਟ ਦਿਖਾਈ ਦਿੰਦੀ ਹੈ। ਵਾਪਸ ਆਪਣੀ ਫਾਈਲ ਤੇ ਜਾਂਦੇ ਹਾਂ ਅਤੇ ਮਾਈ ਅੰਡਰਸਕੋਰ ਨਮ ਦੀ ਵੈਲਿਊ ਨੂੰ 5 ਨਾਲ ਬਦਲਦੇ ਹਾਂ। ਕੋਡ ਨੂੰ ਸੇਵ ਕਰੋ ਅਤੇ ਇਸ ਨੂੰ ਟਰਮੀਨਲ ਤੇ ਚਲਾਓ। ਇਸ ਲਈ ਹੁਣ ਇਹ ਇਫ ਕੰਡੀਸ਼ਨ ਨੂੰ ਪੂਰਾ ਕਰਦਾ ਹੈ ਅਤੇ ਉਹ ਨਿਰਧਾਰਿਤ ਸਟ੍ਰਿੰਗ ਪ੍ਰਿੰਟ ਹੋਈ ਹੈ। ਮਾਈ ਅੰਡਰਸਕੋਰ ਨਮ ਦੀ ਵੈਲਿਊ 0 ਤੋਂ ਵੱਡੀ ਹੈ। ਆਪਣੀ ਫਾਈਲ ਤੇ ਵਾਪਸ ਆਉਂਦੇ ਹਾਂ ਅਤੇ ਮਾਈ ਅੰਡਰਸਕੋਰ ਨਮ ਦੀ ਵੈਲਿਊ ਨੂੰ -5 ਨਾਲ ਬਦਲਦੇ ਹਾਂ। ਕੋਡ ਨੂੰ ਸੇਵ ਕਰੋ ਅਤੇ ਇਸ ਨੂੰ ਟਰਮੀਨਲ ਤੇ ਚਲਾਓ। ਇਸ ਹਾਲਤ ਵਿੱਚ ਇਹ ਐਲਸ ਕੰਡੀਸ਼ਨ ਨੂੰ ਪੂਰਾ ਕਰਦਾ ਹੈ ਅਤੇ ਐਲਸ ਬਲਾਕ ਦੇ ਅੰਦਰ ਪੁਟਸ ਸਟੇਟਮੈਂਟ ਚਲਦੀ ਹੈ। ਹੁਣ ਤੁਸੀਂ ਰੂਬੀ ਵਿੱਚ ਇਫ ਐਲਸ ਇਫ ਸਟੇਟਮੈਂਟ ਲਿਖਣ ਦੇ ਲਈ ਸਮਰੱਥ ਹੋਣੇ ਚਾਹੀਦੇ ਹੋ। ਹੁਣ ਅੱਗੇ ਕੇਸ ਸਟੇਟਮੈਂਟ ਵੇਖਦੇ ਹਾਂ। ਕੇਸ ਸਟੇਟਮੈਂਟ ਇੱਕ ਵਿਸ਼ੇਸ਼ ਸਿਲੈਕਸ਼ਨ ਤੇ ਆਧਾਰਿਤ ਕੰਟਰੋਲ ਫਲੋ ਸਟੇਟਮੈਂਟ ਹੈ। ਇਸ ਸਟੇਟਮੈਂਟ ਨੂੰ ਸਮਝਣ ਦੇ ਲਈ ਅਸੀਂ ਕੇਸ ਸਟੇਟਮੈਂਟ ਦੀ ਸ਼ੈਲੀ ਵੇਖਦੇ ਹਾਂ। ਕੇਸ ਦੀ ਵਰਤੋਂ ਕਰਨ ਦੇ ਲਈ ਸ਼ੈਲੀ ਕੇਸ ਵੇਰੀਏਬਲ ਵੈਨ ਵੈਲਿਊ 1, ਰੂਬੀ ਕੋਡ ਵੈਨ ਵੈਲਿਊ 2, ਰੂਬੀ ਕੋਡ ਐਲਸ, ਰੂਬੀ ਕੋਡ ਐਂਡ। ਹੁਣ ਇੱਕ ਉਦਾਹਰਣ ਵੇਖਦੇ ਹਾਂ। ਜੀ ਐਡਿਟ ਵਿੱਚ ਇੱਕ ਨਵੀਂ ਫਾਈਲ ਬਣਾਓ ਜਿਵੇਂ ਕਿ ਰੂਬੀ ਦੇ ਸ਼ੁਰੂਆਤੀ ਪੱਧਰ ਦੇ ਟਿਊਟੋਰੀਅਲਸ ਵਿੱਚ ਦਿਖਾਇਆ ਗਿਆ ਹੈ। ਇਸ ਨੂੰ case-statement.rb ਨਾਮ ਦਿਓ। ਮੇਰੇ ਕੋਲ ਕੇਸ ਸਟੇਟਮੈਂਟ ਦੀ ਇੱਕ ਕਾਰਜਕਾਰੀ ਉਦਾਹਰਣ ਹੈ। ਇਸ ਨੂੰ ਪੂਰਾ ਕਰਦੇ ਸਮੇਂ ਟਿਊਟੋਰੀਅਲ ਨੂੰ ਮੱਧ ਵਿੱਚ ਰੋਕ ਸਕਦੇ ਹਾਂ ਅਤੇ ਕੋਡ ਟਾਈਪ ਕਰੋ। ਇਸ ਉਦਾਹਰਣ ਵਿੱਚ ਮੈਂ ਇੱਕ ਕੇਸ ਸਟੇਟਮੈਂਟ ਐਲਾਨ ਕੀਤੀ ਹੈ। ਇੱਥੇ ਮੇਰੇ ਕੋਲ ਇੱਕ ਪ੍ਰਿੰਟ ਸਟੇਟਮੈਂਟ ਹੈ ਜੋ ਟਰਮੀਨਲ ਤੇ ਇੱਕ ਪ੍ਰਸ਼ਨ ਪ੍ਰਿੰਟ ਕਰੇਗਾ। ਫਿਰ ਮੈਂ ਗੈਟਸ ਨੂੰ ਕਾਲ ਕਰਦਾ ਹਾਂ ਜੋ ਸਟੈਂਡਰਡ ਇਨਪੁਟ ਤੋਂ ਡਾਟੇ ਦੀ ਸਿੰਗਲ ਲਾਈਨ ਨੂੰ ਸਵੀਕਾਰ ਕਰੇਗਾ। ਫਿਰ ਮੈਂ ਚੌਂਪ ਦੀ ਵਰਤੋਂ ਕਰਕੇ ਇਨਪੁਟ ਡਾਟੇ ਦੀ ਨਿਊ ਲਾਈਨ ਕੈਰੈਕਟਰਸ ਨੂੰ ਕੱਟਦਾ ਹਾਂ। ਮੈਂ ਨਤੀਜਾ ਡੋਮੇਨ ਨਾਮਕ ਵੇਰੀਏਬਲ ਨੂੰ ਦਿੰਦਾ ਹਾਂ। ਫਿਰ ਮੈਂ ਇੱਕ ਕੇਸ ਸਟੇਟਮੈਂਟ ਐਲਾਨ ਕਰਦਾ ਹਾਂ। ਇਸ ਦੇ ਅੰਦਰ ਮੈਂ ਇੱਕ ਵੈਨ ਸਟੇਟਮੈਂਟ ਐਲਾਨ ਕਰਦਾ ਹਾਂ। ਇਹ ਚੈੱਕ ਕਰਦਾ ਹੈ ਕਿ ਇਹ ਨਿਰਧਾਰਿਤ ਸਟ੍ਰਿੰਗ ਡੋਮੇਨ ਦੀ ਵੈਲਿਊ ਦੇ ਸਮਾਨ ਹੈ ਜਾਂ ਨਹੀਂ। ਪਹਿਲਾਂ ਇਹ ਚੈੱਕ ਕਰਦਾ ਹੈ ਕਿ ਡੋਮੇਨ ਦੀ ਵੈਲਿਊ UP ਹੈ ਜਾਂ ਨਹੀਂ। ਜੇ ਅਜਿਹਾ ਹੈ ਤਾਂ ਇਹ ਉੱਤਰ ਪ੍ਰਦੇਸ਼ ਪ੍ਰਿੰਟ ਕਰੇਗਾ ਅਤੇ ਕੇਸ ਸਟੇਟਮੈਂਟ ਛੱਡ ਦਿਓ। ਜੇ ਡੋਮੇਨ UP ਨਹੀਂ ਹੈ ਤਾਂ ਇਹ ਚੈੱਕ ਕਰਦਾ ਹੈ ਕਿ ਡੋਮੇਨ ਦੀ ਵੈਲਿਊ MP ਹੈ ਜਾਂ ਨਹੀਂ। ਜੇ ਅਜਿਹਾ ਹੈ ਤਾਂ ਇਹ ਮੱਧ ਪ੍ਰਦੇਸ਼ ਪ੍ਰਿੰਟ ਕਰੇਗਾ ਅਤੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਜੇ ਦੂਰ ਤੱਕ ਕੋਈ ਸਮਾਨਤਾ ਨਹੀਂ ਸੀ ਤਾਂ ਇਹ ਡੋਮੇਨ ਦੀ ਵੈਲਿਊ ਚੈੱਕ ਕਰਦਾ ਰਹੇਗਾ। ਇਸ ਪੁਆਇੰਟ ਤੇ ਇਹ ਐਲਸ ਸਟੇਟਮੈਂਟ ਦਾ ਸਾਹਮਣਾ ਕਰੇਗਾ। ਜੇ ਉੱਪਰ ਲਿਖਿਆ ਵਿੱਚੋਂ ਕੋਈ ਵੀ ਕੰਡੀਸ਼ਨ ਟਰੂ ਨਹੀਂ ਸੀ, ਇਹ ਰੂਬੀ ਕੋਡ ਨੂੰ ਚਲਾਏਗਾ ਜੋ ਐਲਸ ਐਲਾਨ ਦੀ ਪਾਲਣਾ ਕਰਦਾ ਹੈ। ਸਾਡੀ ਉਦਾਹਰਣ ਦੀ ਤਰ੍ਹਾਂ ਇਹ ਅਨਨੋਨ ਪ੍ਰਿੰਟ ਕਰੇਗਾ। ਹੁਣ ਫਾਈਲ ਸੇਵ ਕਰੋ, ਟਰਮੀਨਲ ਤੇ ਜਾਓ ਅਤੇ ਟਾਈਪ ਕਰੋ ਰੂਬੀ ਸਪੇਸ ਕੇਸ ਹਾਈਫਨ ਸਟੇਟਮੈਂਟ .rb। ਐਂਟਰ ਦਾ ਸਟੇਟ ਯੂ ਲਿਵ ਇਨ ਟਰਮੀਨਲ ਤੇ ਦਿਖਾਈ ਦੇਵੇਗਾ। ਟਾਈਪ ਕਰੋ UP ਵਿੱਚ ਅਤੇ ਆਉਟਪੁੱਟ ਦੇਖਦੇ ਹਾਂ। ਆਉਟਪੁੱਟ ਦਿਖਾਈ ਦੇਵੇਗੀ ਉੱਤਰ ਪ੍ਰਦੇਸ਼। ਅੱਗੇ ਪਹਿਲਾਂ ਦੀ ਹੀ ਤਰ੍ਹਾਂ ਰੂਬੀ ਫਾਈਲ ਨੂੰ ਫਿਰ ਤੋਂ ਚਲਾਓ। ਇਸ ਸਮੇਂ ਪ੍ਰੋਂਪਟ ਤੇ ਟਾਈਪ ਕਰੋ KL ਅਤੇ ਆਉਟਪੁੱਟ ਵੇਖਦੇ ਹਾਂ। ਇਹ ਕੇਰਲਾ ਪ੍ਰਿੰਟ ਕਰੇਗਾ। ਅੱਗੇ ਇੱਕ ਵਾਰ ਫਿਰ ਫਾਈਲ ਨੂੰ ਚਲਾਓ। ਇਸ ਸਮੇਂ ਪ੍ਰੋਂਪਟ ਤੇ ਟਾਈਪ ਕਰੋ TN ਅਤੇ ਆਉਟਪੁੱਟ ਵੇਖਦੇ ਹਾਂ। ਇਹ ਅਨਨੋਨ ਪ੍ਰਿੰਟ ਕਰੇਗਾ। ਇਹ ਇਸ ਲਈ ਹੈ ਕਿਉਂਕਿ ਕੋਈ ਵੀ ਕੇਸ ਸੰਤੁਸ਼ਟ ਨਹੀਂ ਸੀ, ਇਸ ਲਈ ਡਿਫਾਲਟ ਐਲਸ ਸਟੇਟਮੈਂਟ ਚਲਦੀ ਹੈ। ਤੁਸੀਂ ਰੂਬੀ ਵਿੱਚ ਆਪਣੀ ਕੇਸ ਸਟੇਟਮੈਂਟਸ ਲਿਖਣ ਦੇ ਲਈ ਸਮਰੱਥ ਹੋਣੇ ਚਾਹੀਦੇ ਹੋ। ਇਹ ਤੁਹਾਨੂੰ ਇਸ ਟਿਊਟੋਰੀਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ। ਇਸ ਦਾ ਸਾਰ ਕਰਦੇ ਹਾਂ। ਇਸ ਟਿਊਟੋਰੀਅਲ ਵਿੱਚ ਅਸੀਂ ਵਰਤੋਂ ਕਰਨਾ ਸਿੱਖਿਆ ਇਫ ਸਟੇਟਮੈਂਟ, ਐਲਸ ਕੰਸਟਰਕਟ ਇਫ ਐਲਸ ਇਫ ਅਤੇ ਕੇਸ ਸਟੇਟਮੈਂਟਸ। ਨਿਰਧਾਰਿਤ ਕੰਮ ਦੇ ਰੂਪ ਵਿੱਚ ਰੂਬੀ ਪ੍ਰੋਗਰਾਮ ਲਿਖੋ। ਇਹ ਯੂਜ਼ਰ ਨੂੰ ਇੱਕ ਨੰਬਰ ਐਂਟਰ ਕਰਨ ਨੂੰ ਕਹਿੰਦਾ ਹੈ। ਫਿਰ ਉਪਯੁਕਤ ਕੰਟਰੋਲ ਸਟੇਟਮੈਂਟ ਦੀ ਵਰਤੋਂ ਕਰੋ। ਜੇ ਨੰਬਰ 2 ਦਾ ਗੁਣਾ ਹੈ ਤਾਂ ਇਸ ਨੂੰ ਚੈੱਕ ਕਰੋ। ਜੇ ਅਜਿਹਾ ਹੈ ਤਾਂ ਪ੍ਰਿੰਟ ਕਰੋ ਦ ਨੰਬਰ ਐਂਟਰਡ ਇਜ਼ ਏ ਮਲਟੀਪਲ ਆਫ 2। ਜੇ ਨਹੀਂ ਤਾਂ ਚੈੱਕ ਕਰੋ
ਇਹ ਤਿੰਨ ਦਾ ਗੁਣਾ ਹੋਣਾ ਚਾਹੀਦਾ ਹੈ। ਜੇ ਅਜਿਹਾ ਹੈ ਤਾਂ ਪ੍ਰਿੰਟ ਕਰੋ ਦ ਨੰਬਰ ਐਂਟਰਡ ਇਜ਼ ਅ ਮਲਟੀਪਲ ਆਫ 3। ਜੇ ਨਹੀਂ ਤਾਂ ਚੈੱਕ ਕਰੋ ਇਹ 4 ਦਾ ਗੁਣਾ ਹੋਣਾ ਚਾਹੀਦਾ ਹੈ। ਜੇ ਅਜਿਹਾ ਹੈ ਤਾਂ ਪ੍ਰਿੰਟ ਕਰੋ ਦ ਨੰਬਰ ਐਂਟਰਡ ਇਜ਼ ਮਲਟੀਪਲ ਆਫ 4। ਜੇ ਨਹੀਂ ਤਾਂ ਇਸ ਨੂੰ ਪ੍ਰਿੰਟ ਕਰਨਾ ਚਾਹੀਦਾ ਹੈ ਦ ਨੰਬਰ ਇਜ਼ ਨਾਟ ਅ ਮਲਟੀਪਲ ਆਫ 2, 3 ਔਰ 4। ਹੇਠ ਲਿਖੇ ਲਿੰਕ ਤੇ ਉਪਲਬਧ ਵੀਡੀਓ ਨੂੰ ਦੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਚੰਗੀ ਬੈਂਡਵਿਡਥ ਨਾ ਮਿਲਣ ਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਤੇ ਲਿਖੋ। ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ। ਇਸ ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ। IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।